ਇਹ ਲੱਕੜ ਦੀ ਬਣੀ ਹੋਈ ਗੁੱਡੀ ਨੱਚਦੀ ਹੋਈ ਵੀ ਸੰਤੁਲਿਤ ਰਹਿੰਦੀ ਹੈ। ਇਹ ਲੱਕੜ ਦੀ ਬਣੀ ਗੁੱਡੀ ਹੈ ਜਿਸ ਦਾ ਇੱਕ ਸਿਰਾ ਨੁਕੀਲਾ ਹੈ। ਇਸ ਦੇ ਦੋ ਲੰਬੇ ਹੱਥ ਹਨ। ਇਸ ਦੇ ਹੱਥਾਂ ਦੇ ਸਿਰੇ ਤੇ ਭਾਰੀ ਵਜਨ ਲੱਗੇ ਹੋਏ ਹਨ। ਇਹ ਲੱਕੜੀ ਦਾ ਟ੍ਰਾਈਪੋਡ ਸਟੈਂਡ ਹੈ ਜਿਸ ਤੇ ਗੁੱਡੀ ਨੂੰ ਸੰਤੁਲਿਤ ਕਰ ਸਕਦੇ ਹੋ। ਇਸ ਦੇ ਲੰਬੇ ਹੱਥ ਹੋਣ ਕਾਰਨ ਇਸ ਦਾ ਗੁਰਤਵਾ ਕੇਂਦਰ ਹੇਠਾਂ ਹੋ ਜਾਂਦਾ ਹੈ ਅਤੇ ਇਹ ਸੰਤੁਲਿਤ ਰਹਿੰਦੀ ਹੈ। ਜੇ ਤੁਸੀਂ ਇਸ ਨੂੰ ਹਿਲਾਓਗੇ ਤਾਂ ਇਹ ਡਿੱਗੇਗੀ ਨਹੀਂ। ਇਸ ਦੇ ਹੱਥ ਘੁਮਾਉਣ ਤੇ ਇਹ ਗੋਲ ਗੋਲ ਨੱਚਦੀ ਰਹੇਗੀ। ਜੇ ਇਸ ਦੇ ਇੱਕ ਹੱਥ ਨੂੰ ਕੱਸ ਕੇ ਹੇਠਾਂ ਦਬਾਓਗੇ ਤਾਂ ਇਹ ਖੱਬੇ ਸੱਜੇ ਬੜੀ ਤੇਜ਼ੀ ਨਾਲ ਉੱਠਕ ਬੈਠਕ ਕਰੇਗੀ ਪਰ ਡਿੱਗੇਗੀ ਨਹੀਂ, ਕਿਉਂਕਿ ਇਸ ਦਾ ਗੁਰਤਵਾ ਕੇਂਦਰ ਹੇਠਾਂ ਵੱਲ ਹੈ।